ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਇਹ ਕੀ ਇੰਪੋਰਟੈਂਸ ਹੁੰਦੀ ਹੈ ਇੱਕ ਇਨਸਾਨ ਦੀ ਲਾਈਫ ਦੇ ਵਿੱਚ? ਹਰ ਇੱਕ ਜਿਹੜੀ ਢੰਗ ਤਰੀਕਾ ਹੈਗਾ ਕਮਿਊਨੀਕੇਸ਼ਨ ਦਾ ਬਹੁਤ ਹੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਹੈ। ਜਿਹੜੇ ਸਟੂਡੈਂਟਸ ਨੇ ਮੈਮ ਉਹ ਪੜ੍ਹਦੇ ਪੜ੍ਹਦੇ ਆਪਣੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਉਹ ਕਿਵੇਂ ਇੰਪਰੂਵ ਕਰ ਸਕਦੇ ਨੇ? ਆਪਣੀ ਕਮਿਊਨੀਕੇਸ਼ਨ ਨੂੰ ਤੁਸੀਂ ਸਿੱਖ ਕੇ ਤਰੀਕਿਆਂ ਦੇ ਨਾਲ ਉਹਦੇ ਤੇ ਵਰਕ ਪਾਉਣ ਕਰਕੇ ਤੇ ਉਹਨੂੰ ਇੰਪਰੂਵ ਕਰ ਸਕਦੇ। ਜਿਹੜੀ ਇੰਗਲਿਸ਼ ਲੈਂਗੁਏਜ ਆ ਇਹਦਾ ਜਿਹੜਾ ਆ ਜਿਸ ਤਰ੍ਹਾਂ ਬੋਲਣ ਦਾ ਪੇਸ਼ ਕਰਨ ਦਾ ਤਰੀਕਾ ਜਿਹੜਾ ਇਹ ਜਿਹੜੀ ਇੰਗਲਿਸ਼ ਹੈ ਕਿੰਨੇ ਕੁ ਵੱਡਾ ਰੋਲ ਅਦਾ ਕਰਦੀ ਹੈ ਕਮਿਊਨੀਕੇਸ਼ਨ ਨੂੰ ਇੰਪਰੂਵ ਕਰਨ ਦੇ ਵਿੱਚ? ਬਿਕੋਜ਼ ਇਟ ਹੈਜ਼ ਬਿਕਮ ਅ ਗਲੋਬਲ ਲੈਂਗੁਏਜ। ਠੀਕ ਹੈ, ਗਲੋਬਲੀ ਸਾਰੇ ਜਣੇ ਬੋਲਦੇ ਆ, ਤੁਸੀਂ ਕਿਤੇ ਮਰਜ਼ੀ ਚਲੇ ਜਾਓ ਤਾਂ ਇਸ ਕਰਕੇ ਇਹਦਾ ਥੋੜ੍ਹਾ ਜਿਹਾ ਇੰਪੋਰਟੈਂਸ ਰੋਲ ਜ਼ਿਆਦਾ ਵੱਧ ਜਾਂਦਾ। ਤੇ ਆਪਣੇ ਸਟੂਡੈਂਟ ਨੂੰ ਆਪਾਂ ਕਿਹੜੀਆਂ ਐਕਸਰਸਾਈਜ਼ਸ ਜਿਹੜੀਆਂ ਨੇ ਕਾਲਜ ਦੇ ਵਿੱਚ ਉਹਨਾਂ ਨੂੰ ਪੇਸ਼ ਕਰ ਸਕਦੇ ਹਾਂ ਕਿ ਜਿਨ੍ਹਾਂ ਨਾਲ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਇੰਪਰੂਵ ਹੋਣ ਜਾਂ ਉਹ ਬੱਚੇ ਐਕਸਰਸਾਈਜ਼ ਵਿੱਚ ਪਾਰਟਿਸਿਪੇਟ ਕਰਨ? ਸੋ ਯੂ ਹੈਵ ਟੂ ਬੀ ਵੈਰੀ ਬਰੀਫ, ਠੀਕ ਹੈ, ਪ੍ਰੀਸਾਈਸ ਤੇ ਔਰ ਸਹੀ ਸਟੀਕ, ਕੀ ਗੱਲ ਕਰ ਰਹੇ ਹੋ, ਕਿਹੜੇ ਮੁੱਦੇ ਤੇ ਗੱਲ ਕਰ ਰਹੇ ਹੋ, ਇਹ ਚੀਜ਼ਾਂ ਦਾ ਧਿਆਨ ਰੱਖੇ ਤਾਂ ਬੱਚਾ ਕਾਫੀ ਕੁਛ ਲਰਨ ਕਰ ਸਕਦਾ। ਚਾਹੇ ਮਾਤਾ ਗੁਰੀ ਕਾਲਜ ਦਾ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲਰਾਜ ਸਿੰਘ ਸਵਾਗਤ ਕਰਦਾ ਹਾਂ। ਅੱਜ ਦਾ ਸਾਡਾ ਵਿਸ਼ਾ ਹੈ ਕਮਿਊਨੀਕੇਸ਼ਨ ਸਕਿੱਲਸ। ਜਦੋਂ ਵੀ ਆਪਾਂ ਗ੍ਰੇਟ ਪਰਸਨੈਲਿਟੀਜ਼ ਬਾਰੇ ਪੜ੍ਹਦੇ ਹਾਂ, ਕਿਸੇ ਮਹਾਨ ਸ਼ਖਸੀਅਤ ਬਾਰੇ ਪੜ੍ਹਦੇ ਹਾਂ, ਤੇ ਉਹਦੀ ਸਫਲਤਾ ਪਿੱਛੇ ਜਿਹੜਾ ਸਭ ਤੋਂ ਵੱਡਾ ਫੈਕਟਰ ਹੁੰਦਾ ਹੈ ਉਹ ਹੁੰਦਾ ਹੈ ਕਮਿਊਨੀਕੇਸ਼ਨ ਸਕਿੱਲਸ। ਉਦਾਹਰਨ ਦੇ ਤੌਰ ਤੇ ਗੱਲ ਕਰੀਏ ਬਰਾਕ ਓਬਾਮਾ ਦੀ, ਜਿਵੇਂ 2004 ਤੋਂ ਪਹਿਲਾਂ ਉਹ ਇੱਕ ਅਨਨੋਨ ਪਰਸਨੈਲਿਟੀ ਸੀ, ਪਰ ਜਦੋਂ ਸਟੇਜ ਤੇ ਆਏ ਬੋਲਣ ਦਾ ਤਰੀਕਾ, ਉਹਨਾਂ ਜਿਹੜਾ ਪੇਸ਼ ਕਰਨ ਦਾ ਤਰੀਕਾ, ਉਹ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਸੀ ਕਿ ਉਹਨਾਂ ਦਾ ਨਾਮ ਪੂਰੀ ਦੁਨੀਆ ਵਿੱਚ ਹੋ ਗਿਆ। ਹੋਰ ਵੀ ਸ਼ਖਸੀਅਤਾਂ ਬਾਰੇ ਜਦੋਂ ਪੜ੍ਹਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਜਿਹੜਾ ਕਮਿਊਨੀਕੇਸ਼ਨ ਸਕਿੱਲਸ ਨੇ ਜਾਂ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਕਰਨ ਦਾ ਤਰੀਕਾ ਹੈ ਉਹ ਕਾਫੀ ਪ੍ਰਭਾਵਸ਼ਾਲੀ ਹੁੰਦਾ, ਤਾਂ ਹੀ ਕਰਕੇ ਮਾਸਿਸ ਜਿਹੜੀਆਂ ਉਹਨਾਂ ਦੇ ਪਿੱਛੇ ਆਉਂਦੀਆਂ ਨੇ। ਤੇ ਇਸ ਬਾਬਤ ਵਿਸਥਾਰ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਮਾਤਾ ਗੁਜਰੀ ਕਾਲਜ ਦੇ ਇੰਗਲਿਸ਼ ਡਿਪਾਰਟਮੈਂਟ ਦੇ ਮੁਖੀ ਡਾਕਟਰ ਹਰਵੀਨ ਕੌਰ। ਮੈਮ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮੈਮ। ਪਹਿਲਾ ਸਵਾਲ ਇਹ ਹੈ ਕਿ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਉਹ ਮੈਮ ਇੱਕ ਸਾਡੀ ਜਿਹੜੀ ਇੱਕ ਹਿਊਮਨਸ ਦੇ ਵਿੱਚ ਜਿਹੜਾ ਆਪਾਂ ਲੈਂਗੁਏਜ ਡਿਵੈਲਪ ਕੀਤੀ ਹੈ, ਸਾਡੇ ਕੋਲ ਕਮਿਊਨੀਕੇਸ਼ਨ ਦੇ ਬੜੇ ਸਾਰੇ ਸਾਧਨ ਨੇ, ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਇਹ ਕੀ ਇੰਪੋਰਟੈਂਸ ਹੁੰਦੀ ਹੈ ਇੱਕ ਇਨਸਾਨ ਦੀ ਲਾਈਫ ਦੇ ਵਿੱਚ? ਡਾਕਟਰ ਦਿਲਰਾਜ, ਐਕਚੁਅਲੀ ਕਮਿਊਨੀਕੇਸ਼ਨ ਜਿਹੜਾ ਇੱਕ ਵਰਡ ਹੈ ਉਹ ਲੈਟਿਨ ਦਾ ਵਰਡ ਹੈ ਤੇ ਕਮਿਊਨਿਸ ਤੋਂ ਵਰਡ ਬਣਿਆ ਜਿਹਦਾ ਮਤਲਬ ਹੈ ਟੂ ਇੰਪਾਰਟ, ਟੂ ਸ਼ੇਅਰ। ਤੇ ਇਹ ਜਿਹੜੀ ਕਮਿਊਨੀਕੇਸ਼ਨ ਹੈ ਇਹ ਬੜੇ ਪ੍ਰਕਾਰ ਦੀ ਹੁੰਦੀ ਹੈ, ਇਹਦੇ ਵਿੱਚ ਓਰਲ ਕਮਿਊਨੀਕੇਸ਼ਨ ਵੀ ਹੁੰਦੀ ਹੈ, ਵਰਬਲ ਵੀ ਹੈ ਤੇ ਨੋਨ ਵਰਬਲ ਵੀ। ਤੇ ਹਰ ਇੱਕ ਜਿਹੜੀ ਢੰਗ ਤਰੀਕਾ ਹੈਗਾ ਕਮਿਊਨੀਕੇਸ਼ਨ ਦਾ ਬਹੁਤ ਹੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਹੈ ਤੇ ਔਰ ਤੁਹਾਡੀ ਪਰਸਨੈਲਿਟੀ ਦਾ ਇੱਕ ਹਿੱਸਾ ਹੈ। ਤੁਸੀਂ ਆਪਣੇ ਵਿਚਾਰ ਕਿਵੇਂ ਅੱਗੇ ਪ੍ਰਗਟ ਕਰਦੇ ਹੋ, ਕਿਵੇਂ ਲੋਕ ਲੈਂਦੇ ਨੇ, ਕਿਵੇਂ ਸਮਝਦੇ ਨੇ, ਉਹ ਬਹੁਤ ਹੀ ਇੰਪੋਰਟੈਂਟ ਹੈ। ਜੇ ਤੁਸੀਂ ਆਪਣੀ ਪਰਸਨੈਲਿਟੀ ਡਿਵੈਲਪ ਕਰਨੀ ਹੈ, ਬਹੁਤ ਚੀਜ਼ਾਂ ਨੇ, ਅੱਛੇ ਵਿਚਾਰ, ਅੱਛਾ ਬੋਲਣਾ, ਅੱਛਾ ਪਹਿਨਣਾ, ਅੱਛੇ ਦੋਸਤ ਰੱਖਣੇ, ਦੇ ਆਲ ਮੇਕ ਟੂਗੈਦਰ ਗੁੱਡ ਪਰਸਨੈਲਿਟੀ ਪਾਰਟ ਨੇ ਸਾਡੇ ਕਰੈਕਟਰ। ਸੋ ਬੋਲ ਮਤਲਬ ਢੰਗ ਦੇ ਨਾਲ, ਸਹੀ ਢੰਗ ਦੇ ਨਾਲ ਆਪਣੇ ਵਿਚਾਰ ਅੱਗੇ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਜਦੋਂ ਆਪਾਂ ਸਟੂਡੈਂਟਸ ਦੀ ਗੱਲ ਕਰਦੇ ਹਾਂ ਤੇ ਸਟੂਡੈਂਟਸ ਕਈ ਜਿਸ ਤਰ੍ਹਾਂ ਹੁਣ ਨਾ ਇੱਕ ਉਦਾਹਰਨ ਦੇ ਤੌਰ ਤੇ ਜਿਵੇਂ ਬਰੂਸ ਲੀ ਨੇ ਆਪਣੀ ਜੀਤ ਕੁੰਡ ਨੇ ਕਿਤਾਬ ਵਿੱਚ ਲਿਖਿਆ ਕਿ ਸਭ ਤੋਂ ਔਖਾ ਕੰਮ ਹੈ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ। ਉਹਨੇ ਉਹਦੇ ਆਰਟ ਆਫ ਐਕਸਪ੍ਰੈਸ਼ਨ ਤੇ ਪ੍ਰੋਪਰ ਉਹਨੇ ਇੱਕ ਚੈਪਟਰ ਲਿਖਿਆ ਤੇ ਮੈਨੂੰ ਲੱਗਦਾ ਕਈ ਸਟੂਡੈਂਟ ਜਿਹੜੇ ਹੁੰਦੇ ਨੇ ਉਹ ਜਾਣਦੇ ਬਹੁਤ ਕੁਛ ਹੁੰਦੇ ਨੇ ਪਰ ਉਹਨਾਂ ਨੂੰ ਪੇਸ਼ ਕਰਨਾ ਜਾਂ ਦੱਸਣਾ ਉਹ ਨਹੀਂ ਕਈ ਵਾਰੀ ਆਉਂਦਾ। ਜਿਹੜੇ ਸਟੂਡੈਂਟਸ ਨੇ ਮੈਮ ਉਹ ਪੜ੍ਹਦੇ ਪੜ੍ਹਦੇ ਆਪਣੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਉਹ ਕਿਵੇਂ ਇੰਪਰੂਵ ਕਰ ਸਕਦੇ ਨੇ? ਇਹਦੇ ਚ ਮੈਂ ਤੁਹਾਨੂੰ ਇੱਕ ਕਹੂੰਗੀ ਵੀ ਜਿਵੇਂ ਗਿਟਾਰ ਆਪਾਂ ਪਲੇ ਕਰਦੇ ਹਾਂ ਤੇ ਉਹਨੂੰ ਸਿੱਖਦੇ ਹਾਂ ਬਾਰ ਬਾਰ,
ਤੇ ਇਸੇ ਤਰ੍ਹਾਂ ਆਪਣੀ ਕਮਿਊਨੀਕੇਸ਼ਨ ਨੂੰ ਤੁਸੀਂ ਸਿੱਖ ਕੇ ਤਰੀਕਿਆਂ ਦੇ ਨਾਲ ਉਹਦੇ ਤੇ ਵਰਕ ਪਾਉਣ ਕਰਕੇ ਤੇ ਉਹਨੂੰ ਇੰਪਰੂਵ ਕਰ ਸਕਦੇ ਹੋ। ਹੁਣ ਦੇਖੋ ਬੱਚਾ ਤੁਸੀਂ ਦੇਖਿਆ ਹੋਣਾ ਜਦੋਂ ਚੱਲਣਾ ਸਿੱਖਦਾ ਕਿੰਨੀ ਵਾਰੀ ਡਿੱਗਦਾ ਪਰ ਕੋਸ਼ਿਸ਼ ਤਾਂ ਨਹੀਂ ਨਾ ਵੀ ਛੱਡਦਾ, ਜਾਰੀ ਰੱਖਦਾ ਤਾਂ ਹੀ ਉਹ ਮਤਲਬ ਚੱਲ ਪਾਉਂਦਾ। ਇਸੇ ਤਰ੍ਹਾਂ ਜਦੋਂ ਆਪਾਂ ਲਿਖਣਾ ਸ਼ੁਰੂ ਕਰਦੇ ਹਾਂ ABC ਤਾਂ ਪੂਰਾ ਇੱਕ ਸਾਲ ਦੋ ਸਾਲ ਉਹ ਵੱਡੀ ABC ਛੋਟੀ ABC ਕਿੰਨਾ ਐਫਰਟ ਕਰਦੇ ਆ ਤਾਂ ਜਾ ਕੇ ਉਹ ਪ੍ਰੋਪਰਲੀ ਲਿਖ ਸਕਦਾ। ਤੇ ਜੇ ਤੁਸੀਂ ਇਹ ਸੋਚੋ ਵੀ ਰਾਤੋ ਰਾਤ ਬੱਚੇ ਪੜ੍ਹੇ ਲਿਖੇ ਮਤਲਬ ਵੀ ਜਿਹੜੇ ਸਟੂਡੈਂਟਸ ਨੇ ਅੱਜ ਕੱਲ੍ਹ ਇਹ ਆ ਗਿਆ ਨਾ ਵੀ ਫਾਸਟ ਯੁੱਗ ਦਾ ਜ਼ਮਾਨਾ ਆ ਗਿਆ ਵੀ ਰਾਤੋ ਰਾਤ ਸਾਨੂੰ ਕਮਿਊਨੀਕੇਸ਼ਨ ਸਕਿੱਲਸ ਮਿਲ ਜਾਣ, ਉਹ ਐਫਰਟ ਨਹੀਂ ਕਰਦੇ, ਉਹ ਅੰਦਰ ਹੀ ਸੀਮਤ ਰਹਿੰਦਾ ਪਰ ਜਿੰਨੀ ਦੇਰ ਉਹ ਕੋਸ਼ਿਸ਼ ਨਹੀਂ ਕਰਨਗੇ ਉਹ ਬਾਹਰ ਨਹੀਂ ਆਇਆ। ਸੋ ਕੋਸ਼ਿਸ਼ ਕਰਨਾ ਤਰੀਕੇ ਦੇ ਨਾਲ ਬਹੁਤ ਤਰੀਕੇ ਨੇ ਉਹ ਕੋਸ਼ਿਸ਼ ਕਰਨ ਤਾਂ ਸਭ ਬਹੁਤ ਕੁਛ ਪੋਸੀਬਲ। ਜੇ ਮੈਮ ਸਾਰੀਆਂ ਭਾਸ਼ਾਵਾਂ ਦੀ ਆਪਣੀ ਇੱਕ ਖਾਸੀਅਤ ਆ, ਜਿਵੇਂ ਮੈਮ ਹੁਣ ਉਰਦੂ ਦੇ ਬਾਰੇ ਕਹਿੰਦੇ ਨੇ ਕਿ ਉਹ ਭਾਸ਼ਾ ਸਿੱਖਦੇ ਹਾਂ ਜਾਂ ਆਪਾਂ ਵਰਤਦੇ ਹਾਂ ਤੇ ਇੱਕ ਤਹਿਜ਼ੀਬ ਝਲਕਦੀ ਹੈ, ਉਸੇ ਤਰ੍ਹਾਂ ਮੈਮ ਜਿਹੜੀ ਇੰਗਲਿਸ਼ ਆ, ਜਿਵੇਂ ਹੁਣ ਸਾਡੇ ਬੱਚੇ ਬਾਹਰ ਜਾ ਰਹੇ ਨੇ ਤੇ ਉਹ ਆਈਲੈਟਸ ਦਾ ਕੋਰਸ ਉਹ ਕਰਦੇ ਨੇ, ਜਿਹੜੀ ਆਈਲੈਟਸ ਕਰਦੇ ਨੇ ਉਹਦੇ ਵਿੱਚ ਵੀ ਕਮਿਊਨੀਕੇਸ਼ਨ ਜਿਹੜਾ ਉਹ ਬੜਾ ਵੱਡਾ ਹੈ, ਉੱਥੇ ਜਾ ਕੇ ਕੰਮ ਕਰਨਾ ਹੈ ਉਹ ਕਮਿਊਨੀਕੇਟ ਕਰ ਸਕਣ। ਤੇ ਮੈਮ ਜਿਹੜੀ ਇੰਗਲਿਸ਼ ਭਾਸ਼ਾ ਹੈ ਇਹ ਇੱਕ ਬਣ ਗਿਆ ਕਿ ਕਹਿੰਦੇ ਪਾਸਪੋਰਟ ਟੂ ਦਾ ਸਕਸੈਸ, ਇੰਗਲਿਸ਼ ਭਾਸ਼ਾ ਸਿੱਖਣੀ ਜ਼ਰੂਰੀ ਆ, ਆਉਣੀ ਜ਼ਰੂਰੀ ਹੈ, ਭਾਵੇਂ ਸਾਡੀ ਮਦਰ ਟੰਗ ਪਹਿਲੇ ਆਪਾਂ ਉਹ ਰੱਖਦੇ ਹਾਂ, ਦਰਜੇ 'ਤੇ ਰੱਖਦੇ ਹਾਂ, ਪਰ ਇਹ ਭਾਸ਼ਾ ਆਪਾਂ ਕਿਤੇ ਕੰਮ ਕਰਨਾ ਹੈ ਜਾਂ ਆਪਾਂ ਵੱਡੇ ਲੈਵਲ 'ਤੇ ਜਾਣਾ ਹੈ ਉਹ ਸਿੱਖਣੀ ਬੜੀ, ਇੰਗਲਿਸ਼ ਭਾਸ਼ਾ ਜਿਹੜੀ ਆ ਉਹ ਆਉਣੀ ਜ਼ਰੂਰੀ ਆ। ਅਤੇ ਮੈਮ ਜਿਹੜੀ ਇਹ ਇੰਗਲਿਸ਼ ਲੈਂਗੁਏਜ ਆ ਇਹਦਾ ਜਿਹੜਾ ਆ ਜਿਸ ਤਰ੍ਹਾਂ ਬੋਲਣ ਦਾ ਪੇਸ਼ ਕਰਨ ਦਾ ਤਰੀਕਾ ਜਿਹੜਾ, ਇਹ ਜਿਹੜੀ ਇੰਗਲਿਸ਼ ਹੈ ਕਿੰਨੇ ਕੁ ਵੱਡਾ ਰੋਲ ਅਦਾ ਕਰਦੀ ਹੈ ਕਮਿਊਨੀਕੇਸ਼ਨ ਨੂੰ ਇੰਪਰੂਵ ਕਰਨ ਦੇ ਵਿੱਚ? ਦੇਖੋ ਇੰਗਲਿਸ਼ ਤਾਂ ਇੰਪੋਰਟੈਂਟ ਹੋ ਗਈ ਬਿਕੋਜ਼ ਇਟ ਹੈਜ਼ ਬਿਕਮ ਅ ਗਲੋਬਲ ਲੈਂਗੁਏਜ, ਠੀਕ ਹੈ, ਗਲੋਬਲੀ ਸਾਰੇ ਜਣੇ ਬੋਲਦੇ ਆ, ਤੁਸੀਂ ਕਿਤੇ ਮਰਜ਼ੀ ਚਲੇ ਜਾਓ ਤਾਂ ਇਸ ਕਰਕੇ ਇਹਦਾ ਥੋੜ੍ਹਾ ਜਿਹਾ ਇੰਪੋਰਟੈਂਸ ਰੋਲ ਜ਼ਿਆਦਾ ਵੱਧ ਜਾਂਦਾ। ਜਦੋਂ ਆਪਾਂ ਪੰਜਾਬੀ ਸਿੱਖਦੇ ਹਾਂ ਐਵਰੀ ਲੈਂਗੁਏਜ ਇਜ਼ ਡਿਫੀਕਲਟ, ਠੀਕ ਹੈ, ਪੰਜਾਬੀ ਸਿੱਖਦੇ ਹਾਂ ਪੰਜਾਬੀ ਦੇ ਵਿੱਚ ਸਾਨੂੰ ਕਿਉਂਕਿ ਸਾਰੇ ਜਣੇ ਬੋਲਦੇ ਆ ਇੱਕ ਵਰਡ ਤੋਂ ਆਪਾਂ ਬੱਚਾ ਕਹਿੰਦਾ ਵੀ ਦੁੱਧ ਤੇ ਮਾਂ ਸਮਝ ਜਾਂਦੀ ਹੈ ਵੀ ਮੈਨੂੰ, ਠੀਕ ਹੈ, ਰੋਟੀ ਤਾਂ ਸਮਝ ਜਾਂਦੀ ਹੈ, ਪਾਣੀ ਵੀ ਇਹਨੇ ਪੀਣਾ ਤੇ ਉਹ ਹੀ ਨਹੀਂ ਕਹਿੰਦਾ ਵੀ ਮੈਨੂੰ ਜੰਮਦਾ ਹੀ ਕਹਿੰਦਾ ਵੀ ਮੈਂ ਪਾਣੀ ਪੀਣਾ ਹੈ, ਠੀਕ ਹੈ। ਸੋ ਆਪਾਂ ਬੋਲਦੇ ਬੋਲਦੇ ਸਿੱਖ ਜਾਂਦੇ ਹਾਂ ਪਰ ਇੰਗਲਿਸ਼ ਦੇ ਵਿੱਚ ਕੀ ਹੈ ਕਿ ਅਸੀਂ ਬੋਲਦੇ ਨਹੀਂ ਹੈ, ਸਾਡੀ ਮਦਰ ਲੈਂਗੁਏਜ ਨਹੀਂ ਹੈ, ਸਾਡੀ ਬੋਲੀ ਨਹੀਂ ਹੈ ਤੇ ਫੋਰਨ ਲੈਂਗੁਏਜ ਹੈ, ਤੇ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਨੂੰ ਪਹਿਲਾਂ ਗ੍ਰਾਮਰ ਸਿਖਾ ਦਿੰਦੇ ਨੇ, ਉਹ ਗ੍ਰਾਮਰ ਦੇ ਵਿੱਚ ਅਸੀਂ ਫਿੱਟ ਕਰਦੇ ਹਾਂ ਸਾਡੀ ਲੈਂਗੁਏਜ ਵਿੱਚ ਬਿਕਮਸ ਰੂਲਸ ਐਂਡ ਰੈਗੂਲੇਸ਼ਨਸ ਪਹਿਲਾਂ ਸਿਖਾ ਕੇ ਵਿੱਚ ਬਿਕਮਸ ਅ ਲਿਟਲ ਡਿਫੀਕਲਟ। ਤੇ ਪਰ ਜੇ ਹੁਣ ਜਿਵੇਂ ਪਬਲਿਕ ਸਕੂਲਸ ਦੇ ਵਿੱਚ ਲੋਕ ਬੱਚੇ ਬੋਲਦੇ ਆ ਗਲਤ ਵੀ ਬੋਲਦੇ ਆ ਬਟ ਸਲੋਲੀ ਐਂਡ ਸਟੈਡਲੀ ਦੇ ਆਰ ਏਬਲ ਟੂ ਸਪੀਕ। ਹੁਣ ਸਾਡੇ ਬੱਚੇ ਪੰਜਾਬੀ ਬੋਲ ਰਹੇ ਨੇ, ਸਡਨਲੀ ਤੁਸੀਂ ਕਹੋ ਵੀ ਮੈਂ ਇੰਗਲਿਸ਼ ਬੋਲਾਂ ਤਾਂ ਉਹਦੇ ਲਈ ਐਫਰਟ ਤਾਂ ਕਰਨਾ ਪੈਣਾ ਹੀ ਹੈ। ਤੇ ਔਰ ਜਿਹੜਾ ਸਾਡਾ ਸਿਲੇਬਸ ਵੀ ਹੈ ਉਹ ਵੀ ਜਿਹੜਾ ਉਹ ਥਰੈਟੀਕਲ ਸਿਲੇਬਸ ਹੈ, ਪ੍ਰੈਕਟੀਕਲ ਉਹਦੇ ਚ ਬਿਲਕੁਲ ਕੁਛ ਨਹੀਂ ਹੁੰਦਾ। ਜੇ ਪ੍ਰੈਕਟੀਕਲ ਦੇਖੋ ਜੇ ਮੇਰੇ ਕੋਲ 60 to 80 ਬੱਚੇ ਜੇ ਕਲਾਸ ਚ ਹੈਗੇ ਨੇ, 60 ਮਿੰਟਸ ਦਾ ਪੀਰੀਅਡ ਹੈ, ਇਵਨ ਇਫ ਆਈ ਗਿਵ 1 ਮਿੰਟ ਟੂ 1 ਸਟੂਡੈਂਟ ਤਾਂ ਉਹ ਟਾਈਮ ਪੂਰਾ ਹੋ ਜਾਂਦਾ। ਤੇ ਉਹਦੇ ਲਈ ਥੋੜ੍ਹਾ ਜਿਹਾ ਵੀ ਆਰ ਆਲ ਐਟ ਫੋਲਟ, ਠੀਕ ਹੈ, ਉਹਨੂੰ ਸੁਧਾਰਨਾ ਪਏਗਾ। ਬੱਚਿਆਂ ਨੂੰ ਜੇ ਅਸੀਂ ਕਮਿਊਨੀਕੇਸ਼ਨ ਇੰਗਲਿਸ਼ ਚ ਬੋਲਣਾ ਸਿਖਾਉਣਾ ਤਾਂ ਉਹ ਜੇ ਤੱਕ ਕਲਾਸਾਂ ਚ ਨਹੀਂ ਹੋ ਸਕਦਾ ਤਾਂ ਉਹ ਬੱਚੇ ਨੂੰ ਖੁਦ ਐਫਰਟ ਕਰੇ, ਮੇਰੇ ਅੱਗੇ ਖੜੇ ਤਾਂ ਉਹ ਕਰਨਾ ਪੈਣਾ। ਗਲੋਬਲੀ ਜੇ ਉਹਨੇ ਸਕਸੈਸ ਹੋਣਾ ਬਾਹਰ ਜਾਣਾ, ਕਿਉਂਕਿ ਬਾਹਰ ਤਾਂ ਪੰਜਾਬੀ ਬੋਲਣਾ ਨਹੀਂ ਆ, ਤੁਸੀਂ US ਚ ਜਾਣਾ, ਤੁਸੀਂ ਕੈਨੇਡਾ ਚ ਜਾਣਾ ਤੇ ਐਕਸਪ੍ਰੈਸ ਤਾਂ ਆਪਣੇ ਆਪ ਨੂੰ ਕਰਨਾ ਹੀ ਆ, ਛੋਟੇ ਬੱਚੇ ਨੇ ਵੀ ਕਰਨਾ, ਐਕਸਪ੍ਰੈਸ ਕਰਕੇ ਕੁਛ ਚੀਜ਼ ਚਾਹੀਦੀ ਹੈ ਤੁਸੀਂ। ਮੈਨ ਇਜ਼ ਅ ਸੋਸ਼ਲ ਐਨੀਮਲ, ਸੋਸਾਇਟੀ ਚ ਰਹਿਣ ਲਈ ਤਾਂ ਇਹ ਲੈਂਗੁਏਜ ਦਾ ਹੋਣਾ ਪੋਸੀਬਲ। ਕਿਉਂ ਜਦੋਂ ਆਪਾਂ ਕਮਿਊਨੀਕੇਸ਼ਨ ਸਕਿੱਲਸ ਦੀ ਗੱਲ ਕਰਦੇ ਹਾਂ, ਜਿਵੇਂ ਇੱਕ ਵੱਡੀ ਪਰਸਨੈਲਿਟੀ ਆ ਓਪਰਾ ਵਿਨਫਰੇ, ਉਹ ਮੈਮ ਜਿਵੇਂ ਉਹਨਾਂ ਦਾ ਸ਼ੋਅ, ਉਹਨਾਂ ਨੂੰ ਪਹਿਲਾਂ ਇਸ ਕਰ ਉਹਨਾਂ ਦੇ ਰੰਗ ਕਰਕੇ ਉਹਨਾਂ ਨੂੰ ਉਹਨਾਂ ਨੇ ਟੀਵੀ ਨੇ ਜਗ੍ਹਾ ਨਹੀਂ ਦਿੱਤੀ, ਪਰ ਜਿਹੜੇ ਇੱਕ ਪ੍ਰੋਗਰਾਮ ਕਰਕੇ ਉਹ ਸ਼ੁਰੂ ਓਪਰਾ ਵਿਨਫਰੇ ਸ਼ੋਅ ਸ਼ੁਰੂ ਹੋਇਆ, ਉਹਨਾਂ ਜਿਹੜੀ ਪੇਸ਼ਕਾਰੀ ਸੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਅਮੈਰੀਕਾ ਵਿੱਚ ਸਾਡੇ ਇੰਡੀਆ ਵਿੱਚ ਵੀ ਬਹੁਤ ਸਾਰੇ ਲੋਕਾਂ ਦਾ ਪ੍ਰਭਾਵ ਹੋਏ ਤੇ ਉਹ ਆਪਣੀ ਕਮਿਊਨੀਕੇਸ਼ਨ ਕਰਕੇ ਫੇਮਸ ਹੋਏ। ਇਸ ਤਰ੍ਹਾਂ ਦੀਆਂ ਹੋਰ ਬੜੀਆਂ ਪਰਸਨੈਲਿਟੀ ਸਾਡੇ ਦੇਸ਼ 'ਚ ਵੀ ਨੇ ਕਿ ਜਿਵੇਂ ਸਾਡੇ ਲੀਡਰ ਵੀ ਨੇ, ਜੇ ਆਪਾਂ ਮੋਦੀ ਦੀ ਗੱਲ ਕਰ ਲਈਏ, ਭਗਵੰਤ ਮਾਨ ਦੀ ਕਰ ਲਈਏ, ਸਟਾਈਲ ਡਿਫਰੈਂਟ ਹੋ ਸਕਦਾ ਹੈ ਪਰ ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ ਨੇ ਜਿਹੜੇ ਉਹ ਕਾਫੀ ਮਤਲਬ ਮਾਸਿਸ ਨੂੰ ਅਪੀਲ ਕਰਦੇ ਨੇ। ਤੇ ਮੈਮ ਹੁਣ ਜਦੋਂ ਆਪਾਂ ਸਟੂਡੈਂਟਸ ਦੀ ਗੱਲ ਕਰਦੇ ਹਾਂ ਤੇ ਆਪਣੇ ਸਟੂਡੈਂਟ ਨੂੰ ਆਪਾਂ ਕਿਹੜੀਆਂ ਐਕਸਰਸਾਈਜ਼ ਜਿਹੜੀਆਂ ਨੇ ਕਾਲਜ ਦੇ ਵਿੱਚ ਉਹਨਾਂ ਨੂੰ ਪੇਸ਼ ਕਰ ਸਕਦੇ ਹਾਂ ਕਿ ਜਿਨ੍ਹਾਂ ਨਾਲ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਇੰਪਰੂਵ ਹੋਣ ਜਾਂ ਉਹ ਬੱਚੇ ਐਕਸਰਸਾਈਜ਼ ਵਿੱਚ ਪਾਰਟਿਸਿਪੇਟ ਕਰਨ ਕਿ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਇੰਪਰੂਵ ਹੋਣ, ਉਹ ਕਿਹੜੀਆਂ ਕਿਹੜੀਆਂ ਐਕਸਰਸਾਈਜ਼ ਹੋ ਸਕਦੀਆਂ ਨੇ? ਦੇਖੋ ਜੇ ਤੁਸੀਂ ਲੀਡਰਸ ਦੀ ਗੱਲ ਕੀਤੀ ਤਾਂ
ਜਿਹੜੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਕਮਿਊਨੀਕੇਸ਼ਨ ਬੜੀ ਬੜੀ ਤਰ੍ਹਾਂ ਦੀ ਹੈ, ਜਿਹੜੇ ਲੋਕ ਰਾਈਟਰਸ ਨੇ ਉਹ ਥਰੂ ਯੂ ਨੋ ਰਿਟਨ ਵਰਡ ਕਮਿਊਨੀਕੇਟ ਕਰਦੇ ਆਪਣੇ ਆਈਡੀਆਸ ਨੂੰ। ਖੁਸ਼ਵੰਤ ਸਿੰਘ ਅੱਛਾ ਲਿਖਦੇ ਨੇ, ਰਵਿੰਦਰ ਨਾਥ ਟੈਗੋਰ ਬਹੁਤ ਅੱਛਾ ਲਿਖਦੇ ਸੀਗੇ, ਤੇ ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਵਿਚਾਰਾਂ ਨੂੰ ਯਾਦ ਕਰਦੇ, ਉਹਨਾਂ ਦੇ ਐਕਸ਼ਨਸ ਨੂੰ ਯਾਦ ਕਰਦੇ, ਜਿਹਨੂੰ ਵੀ ਯਾਦ ਕਰਦੇ। ਤੁਸੀਂ ਓਪਰਾ ਵਿਨਫਰੀ ਦੀ ਗੱਲ ਕੀਤੀ, ਤੁਸੀਂ ਬਰਾਕ ਓਬਾਮਾ ਦੀ ਗੱਲ ਕੀਤੀ, ਆਪਣੇ ਆਪਣੇ ਦੇਸ਼ ਦੇ ਵਿੱਚ ਵੀ ਮੈਡਮ ਸੁਸ਼ਮਾ ਸਵਰਾਜ ਸੀਗੇ, ਉਹ ਬਹੁਤ ਅੱਛੇ ਗੁੱਡ ਓਰੇਟਰ ਸੀਗੇ। ਆਪਣੇ ਸਟੂਡੈਂਟ ਸਰਦਾਰ ਵੀਰ ਦਵਿੰਦਰ ਸਿੰਘ, ਉਹ ਬਹੁਤ ਹੀ ਅੱਛੇ ਓਰੇਟਰ ਸੀਗੇ ਤੇ ਔਰ ਪ੍ਰਭਾਵਸ਼ਾਲੀ ਵੀ ਸੀਗੇ। ਹੁਣ ਇਹੀ ਜਿਹਾ ਬਣਨਾ, ਠੀਕ ਹੈ, ਉਹਨਾਂ ਵਰਗਾ ਬਣਨਾ ਥੋੜਾ ਜਿਹਾ ਐਫਰਟ ਜਿਹੜਾ, ਇੱਕ ਤਾਂ ਇਹਦੇ ਵਿੱਚ ਚੀਜ਼ਾਂ ਜਿਹੜਾ ਇੱਕ ਜਿਵੇਂ ਸਟੂਡੈਂਟ ਕਿਵੇਂ ਕਰ ਸਕਦਾ, ਉਹ ਥੋੜੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਜੇ ਫੋਲੋ ਕਰੇ ਤਾਂ ਮੈਨੂੰ ਲੱਗਦਾ ਵੀ ਉਹ ਅੱਛਾ ਇੱਕ ਡਿਵੈਲਪ ਕਰ ਸਕਦਾ ਆਪਣੀ ਪਰਸਨੈਲਿਟੀ ਨੂੰ ਬਾਈ ਇੰਪਰੂਵਿੰਗ ਹਿਸ ਕਮਿਊਨੀਕੇਸ਼ਨ ਸਕਿੱਲਸ। ਉਹਦੇ ਵਿੱਚ ਇੱਕ ਤਾਂ ਰਾਜ ਯੂ ਹੈਵ ਟੂ ਹੈਵ ਯੂ ਨੋ ਗੁੱਡ ਆਈਡੀਆ, ਵਿਚਾਰ ਤੁਹਾਡੇ ਬਹੁਤ ਹੀ ਵਧੀਆ ਹੋਣੇ ਚਾਹੀਦੇ ਤੇ ਵਿਚਾਰਾਂ ਨੂੰ ਵਧੀਆ ਜਾਂ ਅੱਛੇ ਜਿਵੇਂ ਗਰੋ ਕਰਦਾ ਇੱਕ ਬੰਦਾ, ਉਹ ਰੱਖਣ ਲਈ ਤੁਹਾਨੂੰ ਨੌਲੇਜੇਬਲ ਹੋਣਾ ਚਾਹੀਦਾ, ਤੁਹਾਨੂੰ ਕੀ ਕਹਿੰਦੇ ਨੇ ਔਰ ਇੱਕ ਜਿਹੜੀ ਕੁਆਲਿਟੀ ਹੈ ਵੀ ਸੁਣਨਾ ਬਹੁਤ ਜ਼ਰੂਰੀ ਹੈ। ਤੁਸੀਂ ਦੂਜੇ ਨੂੰ ਸੁਣੋ, ਸੁਣ ਕੇ ਵਿਚਾਰ ਗ੍ਰਹਿਣ ਕਰੋ, ਉਹਨੂੰ ਐਨਾਲਾਈਜ਼ ਕਰੋ, ਠੀਕ ਹੈ। ਸੋ ਜਦੋਂ ਇਹ ਡਿਵੈਲਪ ਹੋ ਜਾਂਦਾ, ਓਨੈਸਟੀ ਇੰਟੈਗਰਿਟੀ ਹੈ ਨਾ, ਜੋ ਤੁਸੀਂ ਐਕਸਪ੍ਰੈਸ ਕਰੋ ਉਹ ਦਿਲੋਂ ਆਵੇ, ਹੈ ਨਾ, ਤੇ ਜੇ ਤੁਸੀਂ ਡਬਲ ਫੇਸਡ ਹੋ, ਕਹਿੰਦੇ ਕੁਛ ਹੋ, ਕਰਦੇ ਕੁਛ ਹੋ, ਹੁੰਦਾ ਕੁਛ ਹੋ ਰਿਹਾ, ਤਾਂ ਉਹ ਫਿਰ ਜੈਲ ਨਹੀਂ ਕਰਦਾ ਦੂਜੇ ਦੇ ਨਾਲ ਜਿਹੜਾ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ। ਸੋ ਯੂ ਹੈਵ ਟੂ ਬੀ ਵੈਰੀ ਬਰੀਫ, ਠੀਕ ਹੈ, ਪ੍ਰਸਾਈਸ ਤੇ ਔਰ ਸਹੀ ਸਟੀਕ, ਕੀ ਗੱਲ ਕਰ ਰਹੇ ਹੋ, ਕਿਹੜੇ ਮੁੱਦੇ ਤੇ ਗੱਲ ਕਰ ਰਹੇ ਹੋ, ਇਹ ਚੀਜ਼ਾਂ ਦਾ ਧਿਆਨ ਰੱਖੇ ਤਾਂ ਬੱਚਾ ਕਾਫੀ ਕੁਛ ਲਰਨ ਕਰ ਸਕਦਾ। ਜਿਵੇਂ ਆਪਾਂ ਪਹਿਲਾਂ ਸਮੇਂ ਦੀ ਗੱਲ ਕਰੀਏ, ਜਦੋਂ ਸਾਡੇ ਕੋਲ ਸੋਸ਼ਲ ਮੀਡੀਆ ਜਾਂ ਸਾਡੇ ਕੋਲ ਜਿਹੜੀ ਅੱਜ ਟੈਕਨੋਲੋਜੀ ਆ, ਆਰਟੀਫਿਸ਼ਲ ਇੰਟੈਲੀਜੈਂਸ ਆ ਗਈ ਆ, ਡਿਜੀਟਲ ਵਰਲਡ ਆ ਗਿਆ, ਤੇ ਤੁਹਾਨੂੰ ਲੱਗ ਰਿਹਾ ਜਿਵੇਂ ਪਹਿਲਾਂ ਲੋਕੀ ਚਿੱਠੀਆਂ ਲਿਖਦੇ ਸੀ, ਕਿਤਾਬਾਂ ਪੜ੍ਹਦੇ ਸੀ, ਤੇ ਉਹਨਾਂ ਜਿਹੜੀ ਭਾਸ਼ਾ ਸੀ ਉਹਦੇ ਵਿੱਚ ਕਾਫੀ ਡੂੰਘਾਈ ਤੇ ਕਾਫੀ ਵੋਕੈਬਲਰੀ ਹੁੰਦੀ, ਤੇ ਜਿਹੜਾ ਹੁਣ ਦਾ ਜ਼ਮਾਨਾ ਆ ਗਿਆ, ਬੇਸ਼ੱਕ ਹੁਣ ਮਤਲਬ ਚੈਟਿੰਗ ਕਰਦੇ ਆਪਾਂ, ਪੰਜਾਬੀ ਦਾ ਵਰਡ ਜਿਹੜਾ ਉਹਨੂੰ ਇੰਗਲਿਸ਼ 'ਚ ਲਿਖ ਰਹੇ ਹਾਂ ਜਾਂ ਜੇ ਆਪਾਂ ਪੰਜਾਬੀ 'ਚ ਵੀ ਲਿਖਦੇ ਹਾਂ ਤੇ ਜਾਂ ਇੰਗਲਿਸ਼ 'ਚ ਵੀ ਲਿਖਦੇ, ਕਾਫੀ ਸਾਰੀ ਮਿਸਟੇਕਸ ਹੁੰਦੀਆਂ। ਤਾਂ ਲੱਗਦਾ ਕਿ ਜਿਹੜਾ ਇਹ ਸਾਡੇ ਕੋਲ ਡਿਜੀਟਲ ਵਰਲਡ ਆਇਆ ਜਾਂ ਆਰਟੀਫਿਸ਼ਲ ਇੰਟੈਲੀਜੈਂਸ ਆਈ ਆ, ਇਹਨੇ ਕਿਤਨਾ ਕਿਤੇ ਸਾਡੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਉਹਨਾਂ ਨੂੰ ਐਡਵਾਂਸ ਬਣਾਉਣ ਦੀ ਬਜਾਏ ਥੋੜ੍ਹਾ ਜਿਹਾ ਕਿਤਨਾ ਕਿਤੇ ਢਾਲ ਆਈ। ਬਿਲਕੁਲ, ਮੈਨੂੰ ਯਾਦ ਆ ਮੇਰੇ ਦਾਦਾ ਜੀ ਮੈਨੂੰ ਡਿਮਾਂਡ ਕਰਦੇ ਹੁੰਦੇ ਸੀ ਵੀ ਤੁਸੀਂ ਮੈਨੂੰ ਹਫ਼ਤੇ 'ਚ ਇੱਕ ਚਿੱਠੀ ਲਿਖਣੀ ਹੈ, ਤੇ ਜਦੋਂ ਮੈਂ ਉਹਨਾਂ ਨੂੰ ਚਿੱਠੀ ਲਿਖਦੀ ਸੀ ਉਹਦੇ 'ਚ ਗਲਤੀਆਂ ਕੱਢ ਕੇ ਮੈਨੂੰ ਵਾਪਸ ਭੇਜਦੇ ਸੀ, ਠੀਕ ਹੈ, ਉਹ ਮੇਰੇ ਕੋਲ ਹਜੇ ਵੀ ਦੋ ਤਿੰਨ ਚਿੱਠੀਆਂ ਉਹਨਾਂ ਦੀਆਂ ਪਈਆਂ ਨੇਗੀਆਂ ਜਿਹਦੇ 'ਚ ਉਹਨਾਂ ਨੇ ਮੈਨੂੰ ਗਲਤੀਆਂ ਕੱਢ ਕੇ ਮੈਨੂੰ ਵਾਪਸ ਭੇਜੀਆਂ ਸੀਗੀਆਂ। ਤੇ ਸੋ ਇਹ ਵੈਨ ਯੂ ਵੀ ਰਾਈਟ, ਤੇ ਜਿਵੇਂ ਹੁੰਦਾ ਨਾ ਤੁਸੀਂ ਜਦੋਂ ਆਪਣੀ ਕੋਈ ਪੰਜਾਬੀ 'ਚ ਗਲਤੀ ਨਿਕਲਦੀ ਸੀ, ਇੰਗਲਿਸ਼ 'ਚ ਨਿਕਲਦੀ ਸੀਗੀ, ਤਾਂ ਟੀਚਰ ਕਹਿੰਦਾ ਸੀ ਰਾਈਟ ਇਟ 5 ਟਾਈਮਸ, 10 ਟਾਈਮਸ, 20, ਜੇ ਤੁਸੀਂ ਉਸ ਵਰਡ ਨੂੰ 5 ਵਾਰੀ ਬਾਰ ਬਾਰ ਲਿਖਦੇ ਹੋ ਉਹ ਤੁਹਾਡੇ ਦਿਮਾਗ 'ਚ ਇਮੇਜ ਬਣ ਜਾਂਦੀ ਹੈ ਤੇ ਤੁਸੀਂ ਤੁਹਾਡੇ ਸਪੈਲਿੰਗਸ ਵੀ ਕਰੈਕਟ ਹੋ ਜਾਂਦੇ ਨੇ, ਠੀਕ ਹੈ, ਇਹ ਬਹੁਤ ਹੀ ਜ਼ਰੂਰੀ ਹੈ। ਤੇ ਜਦੋਂ ਅਸੀਂ ਹੁਣ ਹੈਲੋ ਦੀ ਜਗ੍ਹਾ ਤੇ HLO ਪਾਤਾ ਤੇ ਉਹਦੀ ਸਪੈਲਿੰਗ, ਤੇ ਲੋਕਾਂ ਨੂੰ ਇਹ ਹੋ ਜਾਂਦਾ ਵੀ ਹੈਲੋ ਇਹ ਗੱਲ ਹੈ। ਬੱਚੇ ਵੈਸੇ ਕਲਾਸ ਦੇ ਵਿੱਚ ਉਹਨਾਂ ਨੂੰ ਕੋਈ ਵਰਡ ਆਵੇ ਨਾ ਆਵੇ, ਪਰ ਜਿਹੜੇ ਅਕਸਰ ਅੱਜ ਉਹ ਆਪਣੀ ਲੈਂਗੁਏਜ ਦੇ ਵਿੱਚ ਯੂਜ਼ ਕਰਦੇ ਆ ਉਹ ਉਹਨਾਂ ਨੂੰ ਪਤਾ ਹੈ, ਠੀਕ ਹੈ, ਉਹਦੇ ਵਿੱਚ, ਤੇ ਚਾਹੇ ਉਹਦਾ ਮੀਨਿੰਗ ਉਹਨਾਂ ਨੂੰ ਪਤਾ ਹੈ ਜਾਂ ਨਹੀਂ ਪਤਾ, ਦੈਟ ਇਜ਼ ਡਿਫਰੈਂਟ। ਤੇ ਲੈਂਗੁਏਜ ਨੂੰ ਤੁਸੀਂ ਲਾ ਲਓ ਵੀ ਇਟ ਹੈਜ਼ ਅੰਡਰਗੋਨ ਲੋਟ ਆਫ ਚੇਂਜ, ਹਮੇਸ਼ਾ ਹੀ ਚੇਂਜ ਹੁੰਦੀ ਹੈ, ਸਮੇਂ ਦੇ ਨਾਲ ਚੱਲਣਾ ਵੀ ਬਹੁਤ ਜ਼ਰੂਰੀ ਹੈ ਸਾਨੂੰ, ਤੇ ਬਟ ਇਹ ਹੈ ਵੀ ਜਿਹੜਾ ਇੱਕ ਡੂੰਘਿਆਈ ਸੀਗੀ ਉਹਦੇ 'ਚ ਡੀ ਜਨਰੇਸ਼ਨ ਜ਼ਰੂਰ ਹੋਈ ਹੈ, ਚਾਹੇ ਸਾਡੇ ਵਿਚਾਰਾਂ ਦੇ ਵਿੱਚ ਹੋਈ ਹੋਵੇ, ਚਾਹੇ ਜਿਵੇਂ ਮਰਜ਼ੀ ਕੀ ਕਹਿੰਦੇ ਨੇ ਇਨਸਾਨ ਦੇ ਕਰੈਕਟਰ 'ਚ ਹੋਈ ਹੋਵੇ, ਇਹ ਡੀ ਜਨਰੇਸ਼ਨ ਤਾਂ ਸਾਨੂੰ ਸਾਰੀ ਚੀਜ਼ਾਂ 'ਚ ਦਿਖਦੀ ਹੈ। ਅੱਗੇ ਲੋਕ ਰਿਸ਼ਤਾ ਕਰਨ ਜਾਂਦੇ ਸੀਗੇ, ਅਗਲਾ ਰਿਸ਼ਤਾ ਕਰਨਾ ਹੁੰਦਾ ਸੀ ਜ਼ੁਬਾਨ, ਕਹਿੰਦੇ ਜ਼ੁਬਾਨ ਦੇ ਦਿੱਤੀ, ਹੁਣ ਫਿਰ ਉਹ ਭੇਲੀ ਦਾ ਜ਼ਮਾਨਾ ਆ ਗਿਆ, ਉਹ ਖੱਬਲ ਜਿਹਾ ਬੰਨ ਕੇ ਕੰਪਨੀ ਜੀ 125 ਰੁਪਈਆ ਦੇ ਤਾ ਉਹਦੇ ਨਾਲ, ਹੁਣ ਸਾਰਾ ਕੁਛ ਹੋ ਕੇ ਵੀ ਅਗਲਾ ਕਹਿੰਦਾ ਵੀ ਕੁਛ ਵੀ ਨੀ ਹੋਇਆ,
शायद जो आप महसूस करते हैं या कुछ गल अगले शेयर नहीं कर सके दस नहीं सके ये लगता है कि जो गैप जो कम्युनिकेशन गैप है कारण जो कम्युनिकेशन शायद समझते नहीं तुहाडे की विचार ने कि जो कम्युनिकेशन बैक क्यों जो गैप है ये किवें आ जाता है जी कम्युनिकेशन गैप मेरे अकॉर्डिंगली मैं वाक्यों में तो पता नहीं कि वी हैव बिकम इनसेंसिटिव है ना संत मस्कीन जी कहते हैं कि तुहानू जे तुसी किसी का दिन खराब करना हो ना तुहानू वर्ड्स की लोड़ नहीं परेशान क्यों है गया, की हो गया साड़ा किस तरह का हो गया सो इनसेंसिटिव जो मेरे गल कर रहे हो जो मैं सिंसियरली सिंसैरिटी मैं अंडरस्टैंड होंगी है ना भी सिंसियरली गल कर रहे हो किस तरह मेरे न विचर रहे हो वो कर रहे हो जो मैं सोचा भी मैं कहता इन समझना चाहिए ऑटोमैटिकली उन्हें ऐ क्यों किया सो इस करके वर्ड्स एक्शंस दोनों मैच करने चाहिए ठीक है वर्ड्स कुछ और कहते हैं बट एक्शंस क्लियर कट कुछ और ने देयर इज अ गैप बिटवीन आई थिंक सिर्फ जो पार्टिकुलर इंग्लिश सब्जेक्ट की गल कर लिए जो लैंग्वेज की स्टडी करता है ये मैम किस तरह होगा फ्यूचर चाहे कम्युनिकेशन स्किल्स कह लिए कैरियर की गल कर लिए कि हेल्पफुल होगा देखो ये की कहते हैं इंग्लिश वैसे तो बहुत सारे जिमें आप प्रोफेसनली भी जाइए तो टीचर्स जोड़े ने लैंगुएज के क्योंकि लैंगुएज हर क्लास पढ़ाई जाती है ठीक है सारे तो व्डा जरा रोल हैगा वो हैगा कि भी स्कूल्स के टीचर्स का कॉलेज के सारे तो व्डे डिपार्टमेंट पंजाब लैंगुएज के ही है ठीक है अजक जिते मर्जी तुम चले जाओ तो और जो तुम बाहर जाना ता ही जिम्मे आइल्स के अजक वो ने तो ਸਾਡਾ ਡਿਪਾਰਟਮੈਂਟ ਫਰੋਮ ਟਾਈਮ ਟੂ ਟਾਈਮ ਦੇ ਆਰ ਆਫਰਿੰਗ ਨਿਊ ਐਵੀਨਿਊਸ ਹੈ ਨਾ ਤੇ ਔਰ ਉਹਦੇ ਵਿੱਚ ਅਸੀਂ ਗ੍ਰਾਮਰ ਵੀ ਉਹਨਾਂ ਨੂੰ ਈਜ਼ੀ ਵੇ ਦੇ ਨਾਲ ਪੜ੍ਹਾ ਰਹੇ ਹਾਂ ਤੇ ਇਨਫੈਕਟ ਆਨਰਸ ਦੇ ਕੋਰਸ ਦੇ ਵਿੱਚ ਤਾਂ ਅਸੀਂ ਆਇਲਸ ਦਾ ਵੀ ਉਹਨਾਂ ਨੇ ਪੇਪਰ ਜਿਹੜਾ ਹੈਗਾ ਇੱਕ ਸਮੈਸਟਰ ਦੇ ਵਿੱਚ ਉਹ ਟ੍ਰੇਨਿੰਗ ਪੂਰੀ ਉਸੇ ਤਰ੍ਹਾਂ ਹੀ ਦਿੱਤੀ ਜਾਂਦੀ ਹੈ ਉਹਨਾਂ ਦੀ ਲਿਸਨਿੰਗ ਸਪੀਕਿੰਗ ਐਂਡ ਰਾਈਟਿੰਗ ਸਕਿੱਲਸ ਨੂੰ ਅਸੀਂ ਇੰਪਰੂਵ ਕਰਦੇ ਹਾਂ ਤੇ ਸਾਰਾ ਇਟ ਇਜ਼ ਆਲ ਪ੍ਰੈਕਟੀਕਲ ਬੇਸਡ ਪੇਪਰ ਜਿਹੜਾ ਹੈਗਾ ਉਹ ਦੇ ਰਹੇ ਹਾਂ ਤੇ ਜਦੋਂ ਵੀ ਕਿਸੇ ਵੀ ਤੁਸੀਂ ਪ੍ਰੋਫੈਸ਼ਨਲ ਜਗ੍ਹਾ ਤੇ ਨੌਕਰੀ ਲੱਭਣ ਜਾਣਾ ਕਿਤੇ ਵੀ ਤੁਸੀਂ ਦੇਣੀ ਹੈ ਤੁਸੀਂ ਕਿਵੇਂ ਆਪਣੀਆਂ ਕਮਿਊਨੀਕੇਸ਼ਨਸ ਨੂੰ ਆਪਣੇ ਵਿਚਾਰਾਂ ਨੂੰ ਦੂਜੇ ਤੱਕ ਪਹੁੰਚਾ ਰਹੇ ਹੋ ਠੀਕ ਹੈ ਆਪਣੇ ਇੰਪਲੋਇਰ ਤੱਕ ਪਹੁੰਚਾ ਰਹੇ ਹੋ ਉਹ ਸਿੱਖਣਾ ਉਹ ਲੈਂਗੁਏਜ ਦੇ ਥਰੂ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ ਆਪਣੇ ਕੋਈ ਇਲੈਕਟ੍ਰੋਨਿਕਸ ਦਾ ਸਬਜੈਕਟ ਹੈ ਤੁਸੀਂ ਉੱਥੇ ਵੀ ਇਲੈਕਟ੍ਰੋਨਿਕਸ ਨੂੰ ਕਿਵੇਂ ਪ੍ਰੈਜੈਂਟ ਕਰ ਰਹੇ ਹੋ ਆਪਣੇ ਜੋ ਨਵਾਂ ਆਈਡੀਆ ਕੋਈ ਇਨੋਵੇਸ਼ਨ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਉਹ ਵੀ ਬਹੁਤ ਜ਼ਰੂਰੀ ਹੈ ਕਿ ਚਾਹੇ ਤੁਸੀਂ ਐਡਵਰਟਾਈਜ਼ਮੈਂਟ ਦੇ ਥਰੂ ਪਹੁੰਚਾਓ ਚਾਹੇ ਤੁਸੀਂ ਕਿਸੇ ਹੋਰ ਚੀਜ਼ ਦੇ ਥਰੂ ਪਹੁੰਚਾਓ ਸੋ ਜਰਨਲਿਜ਼ਮ ਦੇ ਵਿੱਚ ਬਹੁਤ ਅੱਛਾ ਇਹਦਾ ਸਕੋਪ ਹੈ ਟ੍ਰਾਂਸਲੇਸ਼ਨ ਦੇ ਵਿੱਚ ਬਹੁਤ ਅੱਛਾ ਮੈਂ ਸਕੋਪ ਹੈਗਾ ਬੱਚਿਆਂ ਦੇ ਲਈ ਫਿਰ ਨਿਊਜ਼ ਰੀਡਰਸ ਜਿਹੜੇ ਨੇ ਉਹ ਉਹਦੇ ਵਿੱਚ ਅੱਜ ਕੱਲ੍ਹ ਮੀਡੀਆ ਦੇ ਵਿੱਚ ਬਹੁਤ ਕੀ ਕਹਿੰਦੇ ਨੇ ਜੇ ਤੁਸੀਂ ਐਕਟਰ ਵੀ ਬਣਨਾ ਹੈ ਤਾਂ ਉੱਥੇ ਵੀ ਤੁਹਾਨੂੰ ਬੋਲਣ ਦੇ ਸਕਿੱਲਸ ਤੁਸੀਂ ਕਿਵੇਂ ਆਪਣੀ ਗੱਲ ਨੂੰ ਰੱਖਣਾ ਉਹ ਬਹੁਤ ਜ਼ਰੂਰੀ ਹੈ ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਲੈਂਗੁਏਜ ਜਿਹੜੀ ਹੈ ਉਹ ਆਉਂਦੀ ਹੈ ਤੇ ਡਿਪਾਰਟਮੈਂਟ ਉਹਨੂੰ ਇਸੇ ਤਰ੍ਹਾਂ ਹੀ ਪੜ੍ਹਾ ਰਹੇ ਆ ਤੇ ਔਰ ਬੱਚੇ ਵੀ ਕਹਿੰਦੇ ਨੇ ਸਿੱਖ ਰਹੇ ਹਨ ਥੈਂਕ ਯੂ ਮੈਮ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਆਪਣਾ ਟਾਈਮ ਦਿੱਤਾ ਤੇ ਨਾਲ ਹੀ ਦਰਸ਼ਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਜਿਵੇਂ ਐਕਟਰਸ ਦੀ ਗੱਲ ਕੀਤੀ ਬਹੁਤ ਵੱਡਾ ਨਾਮ ਹੈ ਸ਼ਾਹਰੁਖ ਖਾਨ ਉਹਨਾਂ ਦਾ ਇੱਕ ਜ਼ਿੰਦਗੀ ਦਾ ਕਿੱਸਾ ਹੈ ਕਿ ਉਹ ਕਿਸੇ ਮੂਵੀ ਦੇ ਵਾਸਤੇ ਉਹਨਾਂ ਨੂੰ ਕਹਿਣਾ ਹੈ ਉਹ ਉਹਨਾਂ ਨੇ ਕੀ ਕੀਤਾ ਕਿ ਉਹ ਡਾਇਰੈਕਟਰ ਦੇ ਦਫ਼ਤਰ ਗਏ ਡਾਇਰੈਕਟਰ ਦੇ ਦਫ਼ਤਰ ਮਤਲਬ ਉਹਨਾਂ ਨੇ ਮੈਸੇਜ ਭਿਜਵਾਇਆ ਕਿ ਬਾਹਰ ਉਹਨਾਂ ਦੀ ਕੋਈ ਵੇਟ ਕਰ ਰਿਹਾ ਉਹਨਾਂ ਨੇ ਕਿਹਾ ਮੇਰਾ ਨਾਮ ਨਹੀਂ ਦੱਸਣਾ
ਤੇ ਉੱਥੇ ਉਹ ਘੱਟ ਘੱਟ 2-3 ਘੰਟੇ ਜਿਹੜਾ ਉਹਨਾਂ ਨੇ ਵੇਟ ਕੀਤੀ। ਡਾਇਰੈਕਟਰ ਬਾਹਰ ਆਇਆ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸ ਦਿੰਦੇ ਕਿ ਸ਼ਾਹਰੁਖ ਖਾਨ ਬਾਹਰ ਬੈਠਾ, ਮੈਂ ਉਸੇ ਵੇਲੇ ਬਾਹਰ ਆ ਜਾਂਦਾ। ਉਹ ਕਹਿੰਦੇ ਕਿ ਨਹੀਂ, ਤੁਸੀਂ ਆਪਣੇ ਕੰਮ ਦੇ ਉਹ 'ਚ ਲੱਗੇ ਹੋਏ ਤਾਂ ਕਰਕੇ ਮੈਂ ਮਤਲਬ ਵੇਟ ਕਰ ਲਈ। ਨਾਲ ਹੀ ਉਹਨਾਂ ਨੇ ਇੱਕ ਚੀਜ਼ ਕਹੀ, ਉਹ ਕਹਿੰਦੇ ਕਿ ਤੁਸੀਂ ਫੋਨ ਕਰਕੇ ਨੋ ਬੋਲ ਦਿੰਦੇ। ਉਹ ਕਹਿੰਦੇ ਕਿ ਨਹੀਂ, ਉਹ ਕਹਿੰਦੇ ਮੈਂ ਜਦੋਂ ਜੈਸ ਕਹਿਣੀ ਹੁੰਦੀ ਆ ਹੋ ਸਕਦਾ ਮੈਂ ਉਸੇ ਵੇਲੇ ਕਹਿਦਾ, ਪਰ ਕਹਿੰਦੇ ਜਦੋਂ ਮੈਂ ਨੋ ਕਹਿਣੀ ਹੁੰਦੀ ਆ ਤਾਂ ਮੈਂ ਬਹੁਤ ਵਾਰੀ ਸੋਚਦਾ, ਕਿਉਂਕਿ ਇਸੇ ਪੀਆਰ ਕਰਕੇ ਉਹ ਜਦੋਂ ਮਤਲਬ ਫਿਲਮਾਂ ਵਿੱਚ ਵੀ ਜਿਹੜਾ ਫਿਲਮ ਇੰਡਸਟਰੀ ਵਿੱਚ ਜਿਹੜਾ ਵੱਡਾ ਨਾਮ ਬਣਿਆ ਤੇ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਕਰਕੇ ਹੀ ਆ। ਹੋਰ ਵੀ ਆਪਾਂ ਬਹੁਤ ਵੱਡੀਆਂ ਜਿਹੜੀਆਂ ਪਰਸਨੈਲਿਟੀਜ਼ ਲਈਏ, ਉਹ ਜਦੋਂ ਆਪਣੇ ਆਪ ਨੂੰ ਪੇਸ਼ ਕਰਦੇ ਨੇ ਉਹ ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ ਓਵਰਆਲ ਆਪਣੇ ਆਪ ਨੂੰ ਕਰਦੇ ਨੇ, ਤੇ ਨਾਲੇ ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ ਕਦੇ ਬੋਲਣਾ ਨਹੀਂ ਆਉਂਦਾ, ਤੁਹਾਡੀ ਓਵਰਆਲ ਪਰਸਨੈਲਿਟੀ ਆਉਂਦੀ ਹੈ ਕਿ ਕੀ ਚੱਲ ਰਿਹਾ। ਜਦੋਂ ਤੁਸੀਂ ਨਹੀਂ ਵੀ ਬੋਲ ਰਹੇ ਤਾਂ ਵੀ ਕੁਛ ਨਾ ਕੁਛ ਕਮਿਊਨੀਕੇਟ ਹੋ ਰਿਹਾ, ਤੁਹਾਡੀ ਬਾਡੀ ਲੈਂਗੁਏਜ, ਹੋਰ ਬੜਾ ਕੁਛ ਜਿਹੜਾ ਉਹ ਰਿਫਲੈਕਟ ਹੁੰਦਾ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਓਵਰਆਲ ਪਰਸਨੈਲਿਟੀ ਗਰੋਥ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਸਕਿੱਲਸ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ, ਤੇ ਸਾਨੂੰ ਸਾਰਿਆਂ ਨੂੰ ਆਪਣੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਜਿਹੜੇ ਇੰਪਰੂਵ ਕਰਦੇ ਰਹਿਣਾ ਚਾਹੀਦਾ। ਤੇ ਆਪਾਂ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਮਾਤਾ ਗੁਜਰੀ ਕਾਲਜ ਦੇ ਯੂਟਿਊਬ ਚੈਨਲ ਦੇ ਨਾਲ ਜੁੜੇ ਰਹੋ। ਧੰਨਵਾਦ।